ਇਕ ਐਸ ਵਾਲੀ ਦੀ ਖਾਸ ਖਬਰ ਦੇ ਵੱਲ ਤੁਹਾਨੂੰ ਲੈ ਕੇ ਚੱਲਦੇ ਆਂ ਜਿੱਥੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹਾਲਾਤ ਕਿਹੋ ਜਿਹੇ ਨੇ ਤੇ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕੀਤਾ ਉਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਜਿੱਥੇ ਕਿ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਕੁਝ ਲੋਕ ਜਿਹੜੇ ਨੇ ਉਹ ਜਾਂਦੇ ਨੇ ਅਮਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਵੇਖ ਕੇ ਆਉਂਦੇ ਨੇ ਹਾਲਾਂਕਿ ਕੁਝ ਪੰਜਾਬ ਦੇ ਵੀ ਜਿਹੜੇ ਕੁਝ ਲੋਕ ਨੇ ਉੱਥੇ ਪਹਿਲਾਂ ਤੋਂ ਬੰਦ ਨੇ ਵੱਖੋ-ਵੱਖਰੇ ਮਸਲਿਆਂ ਤੇ ਉਹ ਸਜ਼ਾ ਕੱਟ ਰਹੇ ਨੇ ਸੋ ਜਿੱਥੇ ਕਿ ਅਮਰਿਤਪਾਲ ਸਿੰਘ ਜੇਲ੍ਹ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਮੌਜੂਦ ਨੇ ਤੇ ਅਮਰਿਤਪਾਲ ਸਿੰਘ ਦੀਆਂ ਲਗਾਤਾਰ ਗਤੀਵਿਧੀਆਂ ਜੋ ਚੱਲ ਰਹੀਆਂ ਨੇ ਉਸ ਦੇ ਬਾਰੇ ਤੁਹਾਨੂੰ ਜ਼ਰੂਰ ਦੱਸਾਂਗੇ ਹਾਲਾਂਕਿ ਅਮਰਿਤਪਾਲ ਸਿੰਘ ਆਪਣੇ ਸਾਥੀਆਂ ਦੇ ਨਾਲ ਸਜ਼ਾ ਕੱਟ ਰਿਹਾ ਹੈ ਜਿਸ ਦੇ ਉੱਤੇ ਐਨਐਸਏ ਲੱਗਿਆ ਹੋਇਆ ਹੈ ਅਮਰਿਤਪਾਲ ਸਿੰਘ ਪਿਛਲੇ ਦਿਨਾਂ ਦੇ ਵਿੱਚ ਦੁਬਾਰਾ ਤੋਂ ਜੇਲ੍ਹ ਦੇ ਵਿੱਚੋਂ ਚਰਚਾ ਦੇ ਵਿੱਚ ਆਇਆ ਜਦੋਂ ਕਿ ਉਸਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ ਆਖਰ ਭੁੱਖ ਹੜਤਾਲ ਦਾ ਅਸਲ ਕਾਰਨ ਕੀ ਸੀ ਉਹਦਾ ਅਸਲ ਕਾਰਨ ਇਹ ਸੀ ਕਿ ਅਮਰਿਤਪਾਲ ਸਿੰਘ ਨੇ ਜੇਲ੍ਹ ਦੇ ਵਿੱਚ ਭੁੱਖ ਹੜਤਾਲ ਇਸ ਕਰਕੇ ਕੀਤੀ ਸੀ ਕਿਉਂਕਿ ਰੋਟੀਆਂ ਦੇ ਵਿੱਚ ਤੰਬਾਕੂ ਮਿਲਣਾ ਔਰ ਸਬਜੀ ਦੇ ਵਿੱਚ ਨਮਕ ਆਦਕ ਨਾ ਪਾਉਣਾ ਔਰ ਫੋਨ ਕਾਲ ਦੀ ਸੁਵਿਧਾ ਨਾ ਮਿਲਣੀ ਵਾਕਈ ਕੈਦੀਆਂ ਦੇ ਕੋਲ ਸਾਰੀਆਂ ਸਹੂਲਤਾਂ ਹੋਣੀਆਂ ਪਰ ਉਸ ਦੇ ਸਾਥੀਆਂ ਨੂੰ ਤੇ ਉਹਨਾਂ ਨੂੰ ਇਸ ਤੋਂ ਵਾਂਝਾ ਰੱਖਿਆ ਜਾਣਾ ਇਸ ਕਰਕੇ ਆਪਣੇ ਰਾਈਟਸ ਦੇ ਲਈ ਉਹਨਾਂ ਨੇ ਭੁੱਖ ਹੜਤਾਲ ਸ਼ੁਰੂ ਕੀਤੀ ਸੀ ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਮਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਦੀਆਂ ਮੰਗਾਂ ਜੜੀਆਂ ਨੇ ਉਹ ਮੰਨ ਲੀਆਂ ਗਈਆਂ ਨੇ ਤੇ ਅਮਰਿਤਪਾਲ ਸਿੰਘ ਦੇ ਫੈਸਲੇ ਦੇ ਨਾਲ ਡਿਬਰੂਗੜ ਜੇਲ ਪ੍ਰਸ਼ਾਸਨ ਸਹਿਮਤ ਹੋਇਆ ਹੈ ਸੋ ਲਗਾਤਾਰ ਜਿੱਥੇ ਉਹਨਾਂ ਨੂੰ ਫੋਨ ਕਾਲ ਦੀ ਸੁਵਿਧਾ ਵੀ ਦਿੱਤੀ ਗਈ ਹੈ 15 ਮਿੰਟ ਦੇ ਲਈ ਇੱਕ ਹਫਤੇ ਦੇ ਵਿੱਚ ਉਹ ਗੱਲ ਕਰ ਸਕਦੇ ਨੇ ਡਿਬਰੂਗੜ ਜੇਲ ਪ੍ਰਸ਼ਾਸਨ ਜਿਹੜਾ ਅਮਰਿਤਪਾਲ ਸਿੰਘ ਦੀਆਂ ਮੰਗਾਂ ਨੂੰ ਮੰਨ ਚੁੱਕਿਆ ਹੈ ਅਮਰਿਤਪਾਲ ਸਿੰਘ ਜੇ ਗੱਲ ਕਰੀਏ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਮੈਡੀਕਲ ਸਹੂਲਤਾਂ ਵੀ ਜਿਹੜੀਆਂ ਨੇ ਉਹ ਨਹੀਂ ਦਿੱਤੀਆਂ ਜਾਂਦੀਆਂ ਸੀ ਜਿਸ ਕਰਕੇ ਅਮਰਿਤਪਾਲ ਸਿੰਘ ਤੇ ਉਹਦੇ ਸਾਥੀਆਂ ਨੇ ਜਿਹੜਾ ਵਿਰੋਧ ਕੀਤਾ ਸੀ ਹੁਣ ਉਹਨਾਂ ਨੂੰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਮੈਡੀਕਲ ਸੇਵਾਵਾਂ ਵੀ ਜੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਜਿਸ ਕਰਕੇ ਉਸਨਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਹੱਲ ਹੋ ਚੁੱਕੀਆਂ ਨੇ ਅਮਰਿਤਪਾਲ ਸਿੰਘ ਤੇ ਉਸਦੇ ਸਾਥੀ ਜਿਹੜੇ ਨੇ ਉਹ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਸੋ ਗੱਲ ਕਰਾਂਗੇ ਜੀ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੀ ਜੋ ਲਗਾਤਾਰ ਚਰਚਾ ਦੇ ਵਿੱਚ ਚੱਲ ਰਹੇ ਨੇ ਆਖਰ ਅਮਰਿਤਪਾਲ ਸਿੰਘ ਨੇ ਆਪਣੀਆਂ ਮੰਗਾਂ ਨੂੰ ਮਨਵਾ ਹੀ ਲਿਆਏ ਆਖਰਕਾਰ ਅਮਰਿਤਪਾਲ ਸਿੰਘ ਆਪਣੀਆਂ ਮੰਗਾਂ ਨੂੰ ਮਨਵਾ ਚੁੱਕੇ ਨੇ ਆਪਣੀਆਂ ਮੰਗਾਂ ਦੇ ਉੱਤੇ ਉਹ ਅੜੇ ਰਹੇ ਸਨ ਆਖਰਕਾਰ ਅਮਰਿਤਪਾਲ ਸਿੰਘ ਤੇ ਉਹਦੇ ਸਾਥੀ ਜਿਹੜੇ ਨੇ ਉਹ ਇਕੱਤਰਤ ਰਹੇ ਨੇ ਹੁਣ ਜੇ ਗੱਲ ਕਰੀਏ ਤਾਂ ਇੱਕ ਵੱਡਾ ਖਤਰਨਾਕ ਸੁਨੇਹਾ ਵੀ ਜਿਹੜਾ ਹੈ ਅਮਰਿਤਪਾਲ ਸਿੰਘ ਦੇ ਬਾਰੇ ਆ ਰਿਹਾ ਹੈ ਕੁਝ ਲੋਕਾਂ ਨੇ ਵੀਡੀਓ ਪਾ ਕੇ ਇਹ ਜ਼ਾਰੀ ਕੀਤਾ ਹੈ ਕਿ ਜੇਲ੍ਹ ਦੇ ਵਿੱਚ ਅਮਰਿਤਪਾਲ ਸਿੰਘ ਦੇ ਸਾਥੀਆਂ ਦੇ ਉੱਤੇ ਹਮਲਾ ਹੋ ਸਕਦਾ ਹੈ ਤੇ ਅਮਰਿਤਪਾਲ ਸਿੰਘ ਤੇ ਵੀ ਹਮਲਾ ਹੋ ਸਕਦਾ ਹੈ ਜਿਸ ਤੋਂ ਬਾਅਦ ਜੇਲ੍ਹ ਪ੍ਰਸ਼ਾਸਨ ਨੂੰ ਇਸ ਦੇ ਵਿੱਚ ਉਲਟਾ ਫਸਾਇਆ ਜਾ ਸਕਦਾ ਹੈ ਜੇਲ੍ਹ ਪ੍ਰਸ਼ਾਸਨ ਦੇ ਉੱਤੇ ਲਗਾਤਾਰ ਸਵਾਲ ਜਿਹੜੇ ਨੇ ਉਹ ਖੜੇ ਹੋ ਸਕਦੇ ਨੇ ਜੇਲ੍ਹ ਪ੍ਰਸ਼ਾਸਨ ਨੂੰ ਇਹ ਸਵਾਲ ਜਿਹੜੇ ਨੇ ਕੀਤੇ ਜਾ ਸਕਦੇ ਨੇ ਆਖਰ ਕਈ ਵਾਰ ਜੇਲ੍ਹ ਪ੍ਰਸ਼ਾਸਨ ਹੀ ਅਮਰਿਤਪਾਲ ਸਿੰਘ ਦੇ ਸਾਥੀਆਂ ਤੇ ਹਮਲਾ ਕਰਦੇ ਤਾਂ ਉਸ ਦਾ ਇਲਜ਼ਾਮ ਲੇਕਿਨ ਅਮਰਿਤਪਾਲ ਤੇ ਹੀ ਲੱਗ ਜਾਏਗਾ ਇਹ ਗੱਲ ਜਿਹੜੀ ਹੈ ਕਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਆਖਰ ਅਮਰਿਤਪਾਲ ਸਿੰਘ ਨੂੰ ਫਿਲਹਾਲ ਹਲੇ ਤੱਕ ਕੋਈ ਮੈਡੀਕਲ ਸਹੂਲਤ ਦੀ ਜਿਹੜੀ ਹੈ ਜ਼ਰੂਰਤ ਨਹੀਂ ਪਈ ਹੈ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਨੇ ਤੇ ਅਮਰਿਤਪਾਲ ਸਿੰਘ ਪਾਠ ਕਰਦੇ ਨੇ ਜੋ ਅਪਡੇਟ ਸਾਹਮਣੇ ਆਈ ਹੈ ਸੋ ਲਗਾਤਾਰ ਜੇ ਗੱਲ ਕਰੀਏ ਤਾਂ ਅਮਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦੀ ਜਿਹੜੀ ਹੈ ਗੱਲਬਾਤ ਉਹ ਸਾਂਝੀ ਹੋ ਰਹੀ ਹੈ ਹਰ ਇੱਕ ਚੀਜ਼ ਜਿਹੜੀ ਹੈ ਉਹ ਚੱਲ ਰਹੀ ਹੈ ਉਧਰ ਦੂਜੇ ਪਾਸੇ ਗੱਲ ਕਰਾਂਗੇ ਜੀ ਹੋਰ ਨਾ ਖਾਸ ਖਬਰਾਂ ਦੀ ਜਿੱਥੇ ਕਿ ਪਾਲੀਵੁੱਡ ਪੰਜਾਬੀ ਇੰਡਸਟਰੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਅੱਜ ਗਰੋਥ ਕਰ ਰਹੀ ਹੈ ਉਸ ਦੇ ਵਿੱਚ ਕੁਝ ਅਜੀਹੀਆਂ ਅਭਿਨੇਤਰੀਆਂ ਨੇ ਜਿਨ੍ਹਾਂ ਦੇ ਬਾਰੇ ਅਸੀਂ ਬਹੁਤ ਕੁਝ ਜਾਣਨਾ ਚਾਹੁੰਦੇ ਆ ਅੱਜ ਗੱਲ ਕਰਾਂਗੇ ਜੀ ਜਿੱਥੇ ਕਿ ਬਚਪਨ ਤੋਂ ਸਾਵਲੇ ਰੰਗ ਵਾਲੀ ਇਹ ਮਹਿਲਾ ਸੀ ਜੋ ਅੱਜ ਟੌਪ ਦੀ ਜਿਹੜੀ ਐ ਅਦਾਕਾਰੀ ਕਰ ਰਹੀ ਹੈ ਜੀ ਹਾਂ ਜਿਸ ਦਾ ਨਾਮ ਸਾਰੇ ਹੀ ਜਾਣਦੇ ਨੇ ਸ਼ੂਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਫਿਲਮਾਂ ਦੇ ਵਿੱਚੋਂ ਕੱਢੀ ਵੀ ਜਾ ਚੁੱਕੀ ਸੀ ਜੀ ਹਾਂ ਪਾਲੀਵੁੱਡ ਕਿਉਨ ਜਿਸ ਨੂੰ ਅੱਜ ਕਿਹਾ ਜਾ ਰਿਹਾ ਹੈ ਸੋ ਗੱਲ ਕਰਦੇ ਹਾਂ ਸੋਨਮ ਬਾਜਵਾ ਦੀ ਪੰਜਾਬੀ ਫਿਲਮ ਇੰਡਸਟਰੀ ਦਾ ਮਸ਼ਹੂਰ ਨਾਂ ਬਣ ਚੁੱਕੀ ਹੈ ਹਾਲਾਂਕਿ ਇਹ ਸਫ਼ਰ ਉਸ ਲਈ ਆਸਾਨ ਨਹੀਂ ਰਿਹਾਏ ਅਦਾਕਾਰਾਂ ਨੇ ਹਿੰਦੀ ਫਿਲਮਾਂ ਵਿੱਚ ਆਡੀਸ਼ਨ ਵੀ ਦਿੱਤੇ ਪਰ ਉਸ ਨੂੰ ਇਸ 'ਚ ਸਫਲਤਾ ਨਹੀਂ ਮਿਲੀ ਹੈ ਫਿਲਮ ਕੰਪੈਨੀਅਨ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਸੋਨਮ ਨੇ ਦੱਸਿਆ ਹੈ ਕਿ ਸ਼ੂਟਿੰਗ ਸ਼ੁਰੂ ਹੋਣ ਤੋਂ 6 ਦਿਨ ਪਹਿਲਾਂ ਉਸ ਨੂੰ ਹਿੰਦੀ ਪ੍ਰੋਜੈਕਟ ਤੋਂ ਹਟਾ ਦਿੱਤਾ ਗਿਆ ਸੀ ਉਹ ਪਿੱਛੇ ਜਾਣਦੇ ਕਿ ਕੀ ਉਹ ਅਜੇ ਵੀ ਬਾਲੀਵੁੱਡ ਲਈ ਅਡੀਸ਼ਨ ਦਿੰਦੀ ਹੈ ਅਤੇ ਹਿੰਦੀ ਫਿਲਮ 'ਚ ਕੰਮ ਕਰਨ ਦੀ ਇੱਛਾ ਰੱਖਦੀ ਹੈ ਇਸ ਤੇ ਉਸਨੇ ਕਿਹਾ ਜੇਕਰ ਮੈਂ ਹੁਣ ਅਡੀਸ਼ਨ ਦਿੰਦੀ ਆ ਅਤੇ ਅਡੀਸ਼ਨ 'ਚ ਕਾਮਯਾਬ ਨਹੀਂ ਹੋ ਸਕੀ ਤਾਂ ਮੈਂ ਇਸ ਤੋਂ ਪਰੇਸ਼ਾਨ ਨਹੀਂ ਹੁੰਦੀ ਆ ਪਰ ਪਹਿਲਾਂ ਜੇ ਮੈਂ 6-7 ਸਾਲ ਪਹਿਲਾਂ ਦੇ ਆਪਣੇ ਸਫ਼ਰ ਨੂੰ ਦੇਖਾਂ ਤਾਂ ਇਹ ਮੈਨੂੰ ਬਹੁਤ ਪਰੇਸ਼ਾਨ ਕਰਦਾ ਸੀ ਮੈਂ ਸੋਚਦੀ ਹੁੰਦੀ ਸੀ ਮੈਂ ਇੱਥੇ ਫਿਲਮ ਕਿਉਂ ਨਹੀਂ ਕਰ ਰਹੀਆਂ ਜਾਂ ਫਿਲਮ ਦੀ ਸ਼ੂਟਿੰਗ ਤੋਂ 6 ਦਿਨ ਪਹਿਲਾਂ ਕਿਸੇ ਨੇ ਮੈਨੂੰ ਕਿਉਂ ਕੱਢਿਆ ਏ ਸੋਨਮ ਨੇ ਅੱਗੇ ਕਿਹਾ ਏ ਕਿ ਮੈਂ ਇੱਕ ਬਹੁਤ ਵੱਡੇ ਪ੍ਰੋਡਕਸ਼ਨ ਹਾਊਸ ਨਾਲ ਤਿੰਨ ਫਿਲਮਾਂ ਦੀ ਡੀਲ ਸਾਈਨ ਕੀਤੀ ਸੀ ਇਸ ਦੇ ਲਈ ਮੈਂ ਇੱਕ ਉਚਿਤ ਵਰਕਸ਼ਾਪ ਵੀ ਕੀਤੀ ਮੈਂ ਫਿਲਮ ਲਈ ਕੁਝ ਹੁਨਰ ਵੀ ਸਿੱਖੇ ਪਰ 6 ਦਿਨ ਪਹਿਲਾਂ ਉਹਨਾਂ ਨੇ ਕਿਹਾ ਏ ਕਿ ਡਾਇਰੈਕਟਰ ਬੇਹੱਦ ਨਰਵਸ ਹੈ ਕਿਉਂਕਿ ਉਹ ਉਹਨਾਂ ਦੀ ਫਿਲਮ ਪਹਿਲੀ ਫਿਲਮ ਹੈ ਅਤੇ ਤੁਸੀਂ ਬਹੁਤ ਸ਼ਾਂਤ ਹੋ ਹਣ ਜਦੋਂ ਮੈਂ ਪਿੱਛੇ ਮੁੜ ਕੇ ਦੇਖਦੀ ਆ ਮੈਨੂੰ ਲੱਗਦਾ ਏ ਵਾਹ ਰੱਬ ਨੇ ਸੱਚਮੁੱਚ ਮੈਨੂੰ ਬਚਾਇਆ ਏ ਉਸ ਸਮੇ ਮੇਰਾ ਦਿਲ ਟੁੱਟ ਗਿਆ ਸੀ ਪਰ ਬਾਅਦ ਚ ਮੈਨੂੰ ਸਮਝ ਆਇਆ ਕਿ ਇਸ ਚ ਮੇਰੀ ਹੀ ਬਹੁਤ ਵੱਡੀ ਭਲਾਈ ਸੀ ਮੇਰੇ ਮਾਤਾ ਪਿਤਾ ਮੇਰੇ ਮਾਤਾ ਪਿਤਾ ਨੂੰ ਪਤਾ ਸੀ ਕਿ ਮੈਂ ਤਿੰਨ ਫਿਲਮਾਂ ਦੀ ਡੀਲ ਸਾਈਨ ਕੀਤੀ ਸੀ ਮੈਂ ਡੈਬਿਊ ਕਰਨ ਜਾ ਰਹੀ ਸੀ ਪਰ ਉਸ ਸਮੇ ਮੇਰੇ ਲਈ ਇਹ ਲੁੱਕ ਹੋਈ ਅਸੀਸ ਸੀ ਜੀ ਹਾਂ ਇਹ ਲੋਕ ਹੋਈ ਅਸੀਸ ਜਿਸ ਤਾਂ ਗੱਲ ਕਰੀਏ ਇਸ ਦੇ ਨਾਲ ਹੀ ਦੱਸ ਦਈਏ ਕਿ ਸੋਨਮ ਨੂੰ ਆਪਣੀ ਸਕਿਨ ਕਲਰ ਕਰਕੇ ਵੀ ਕਾਫੀ ਤਾਨੇ ਝੱਲਣੇ ਪਏ ਸੀ ਸਿਧਾਰਥ ਕੰਨਨ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਉਸ ਨੇ ਦੱਸਿਆ ਏ ਕਿ ਮੇਰੇ ਨਾਲ ਬਚਪਨ ਤੋਂ ਹੀ ਰੰਗ ਨੂੰ ਲੈ ਕੇ ਧੱਕੇਸ਼ਾਹੀ ਹੁੰਦੀ ਰਹੀ ਹੈ ਮੈਂ ਇੱਕ ਪੰਜਾਬੀ ਪਰਿਵਾਰ ਤੋਂ ਹਾਂ ਮੇਰਾ ਰੰਗ ਗੋਰਾ ਨਹੀਂ ਸੀ ਇਸੇ ਲਈ ਕੁਝ ਰਿਸ਼ਤੇਦਾਰ ਮੈਨੂੰ ਆਪਣੇ ਘਰ ਵੀ ਬੁਲਾਉਣਾ ਪਸੰਦ ਨਹੀਂ ਕਰਦੇ ਸਨ ਬਹੁਤ ਸਾਰੇ ਤਾਨੇ ਮੇਨੇ ਜਿਹੜੇ ਆ ਮੈਨੂੰ ਚੱਲਣੇ ਪੈਂਦੇ ਸਨ ਸੋਨਮ ਬਾਜਵਾ ਨੇ ਆਪਣੀ ਜ਼ਿੰਦਗੀ ਦੇ ਕਿਸੇ ਕਾਫੀ ਜ਼ਿਆਦਾ ਖੋਲ ਕੇ ਸੁਣਾਏ ਨੇ ਸੋ ਮਿਲਦੇ ਆ ਜੀ ਨਵੀਂ ਅਪਡੇਟ ਦੇ ਨਾਲ ਤਦ ਤੱਕ ਲਈ ਧੰਨਵਾਦ